ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ। ਮੈਂ ਤੁਹਾਡਾ ਪ੍ਰਭੂ ਉਸਮਾਨ, ਉਮੀਦ ਕਰਦਾ ਕਿ ਸਾਰੇ ਭਰਾ ਠੀਕ ਹੋਣਗੇ, ਖੈਰਸ ਹੋਣਗੇ। ਅੱਲਾਹ ਦੇ ਕਰਮੋ ਫਜ਼ਲ ਦੇ ਨਾਲ ਆਦਾ ਵਲੋਗ ਕਰਦੇ ਸ਼ੁਰੂ। ਜਿਹੜੇ ਭਰਾ ਸਾਡੇ ਚੈਨਲ 'ਤੇ ਨਵੇਂ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ, ਲਾਈਕ ਕਰਕੇ ਦੋਸਤਾਂ ਨਾਲ ਸ਼ੇਅਰ ਕਰ ਦੇਣਾ। ਟਾਈਮ ਹੋ ਰਿਹਾ 7 ਵਜੇ ਦਾ, ਤਾਂ ਮੈਂ ਬੈਠਾ ਛੱਤ ਦੇ ਉੱਤੇ ਅਤੇ ਠੰਡੀ ਹਵਾ ਵੀ ਚੱਲਦੀ ਪਈ। ਅੱਜ ਮੌਸਮ ਬਹੁਤ ਪਿਆਰਾ ਏ। ਛੱਤ ਦੇ ਉੱਤੇ ਸੁੱਤੇ ਅਸੀਂ, ਬਿਸਤਰਾ ਚੱਕ ਕੇ ਲਿਜਾਂਦੇ ਪਹਿਲਾਂ ਦੇ। ਲੈ ਜਾਓ ਸਿੱਟਣਾ ਦੇਈ, ਮੈਂ ਮੰਜੀ ਲੈ ਕੇ ਚੱਲਦਾ। ਜੋ ਇੱਕ ਬਿਸਤਰੇ ਨੂੰ ਚੱਕੇ ਜਾਂਦੇ ਆ। ਆਇਆ ਥੱਲੇ ਮਰ ਜਾਣਾ। ਚਲੋ ਯਾਰ, ਨਾ ਨਾ ਕੰਧ ਵੀ ਸਾਡੇ ਤੇੜ ਆਈ ਖੜੋਤੀ, ਕਿਤੇ ਦੇ ਕੇ ਦਵੇ। ਕਿੱਥੇ ਗਈ ਕੱਢ ਹਾਂ, ਕਿੱਥੇ ਮੱਖੀ? ਵਾਕਈ ਹੈ, ਸਿੱਟਦੀ ਏ, ਵੜ ਗਈ ਇਹ ਕਾਵੀ ਮਿੱਟੀ ਕਿੱਦਾਂ ਬਣ ਲਿਆ। ਉਹ ਬਣ ਗਈ, ਆਹ ਵੇਖੀ ਇੱਕ ਆਈ ਕੱਢ ਦੇਣੀ ਮਿੱਟੀ। ਇਹਨਾਂ ਦੀਆਂ ਗੋਡਾਂ ਇੱਥੇ ਬੱਚੇ ਦੇਣੀ। ਕਿੱਧਰ ਗਈ? ਤਿੰਨ ਚਾਰ ਹਾਂ ਕਿਹੜੀ ਵੜੂਗੀ ਹੁਣ? ਉਹਦਾ ਮੂੰਹ ਬੰਦ ਕਰ ਗਈ। ਆਵੇ ਨਾ ਵੜ ਜਾ, ਵੇਖੀ ਹੁਣ ਪੜ ਬੁੱਕ ਵੱਡਾ ਸਾਰਾ ਭਰ ਨਿਕਲੇ ਨਾ ਜਿਹੜੇ ਮੱਖੀਆਂ ਜਿਹੜੀਆਂ ਨਾ ਮਿੱਟੀ ਪੱਟਦੀਆਂ। ਸ਼ੂਗਰ ਲੱਗਿਆ ਹੋਇਆ ਸੀ ਮੱਖੀਆਂ ਜਿਹੜੀ ਮਿੱਟੀ ਵੱਖਣਾ ਲੱਤਾਂ, ਮਿੱਟੀ ਬੜੀ ਸਪੀਡ ਨਾਲ ਜਿਹੜੀ ਰੇਤ ਸੀ ਨਾ ਉਹ ਤੱਕ ਦੀ ਵੜ ਗਈ ਏਦਾਂ। ਹੁਣ ਹੌਲੀ ਹੌਲੀ ਕੱਢ, ਹੌਲੀ ਨਹੀਂ ਗਾਂ ਚਲ ਗਈ। ਉਹ ਕਿੱਧਰ ਗਈ ਆ? ਹਾਂ ਜਾਂਦੀ ਪਈ ਅੱਗੇ। ਉਹ ਵੇਖ ਕਿੱਧਰ ਚਲ ਗਈ, ਬੜੀ ਸਪੀਡ ਨਾਲ ਮੋੜਿਆ ਇਹਨੇ, ਤੋੜਦਾ ਸਾਰਾ ਕੁਛ ਹੀ। ਅਸੀਂ ਮਿੱਟੀ ਸਟਾਉਣ ਲੱਗੇ, ਦੋ ਟਰਾਲੇ ਡੰਗਰਾਂ ਵਾਲੀ ਜਗ੍ਹਾ ਤੇ ਪਾਉਣੇ ਆ। ਆ ਵੇਖੋ ਆ ਗਿਆ ਬੂਹੇ ਦੇ ਵਿੱਚ। ਹਾਂ ਤੂੰ ਕਿਤਾ ਭੱਜਿਆ ਨਾ, ਆਂਦੋ ਥੋੜ੍ਹਾ ਜਿਹਾ। ਬਸ ਆ ਜਾਣੀ ਆ, ਪਿੱਛੇ ਨੂੰ ਆ ਜਾਣੀ ਆ, ਪਿੱਛੇ ਨੂੰ ਧੱਕਾ ਲਾ ਦਿਆ ਜੇ। ਡੰਗਰਾਂ ਥੱਲੇ ਮਿੱਟੇ ਹੋ ਨਾ, ਟੋਏ ਪਏ ਹੋਏ ਆ ਨਾ, ਦੋ ਮਿੱਟੇ ਪਵਾਉਣ ਲੱਗੇ ਆ, ਦੋ ਟਰਾਲੇ ਪਿੱਛੇ ਮਿਲ ਜਾਂਦਾ। ਪਿੱਛੇ ਨੂੰ ਧੱਕਾ ਲਾ ਦਿਆ, ਪਿੱਛੇ ਨੂੰ ਰਿੜ ਗਿਆ। ਨਹੀਂ ਪਿੱਛੇ ਨੂੰ ਜਾਂਦਾ ਹੀ ਨਹੀਂ। ਚੱਲ ਕੁਛ ਨਹੀਂ ਹੁੰਦਾ,
ਔਰ ਟਾਇਰ ਹੀ ਤਿਲਕ ਗਿਆ ਉੱਥੋਂ। ਇੱਕ ਉਹ ਸਿਲਵਾਉਣਾ ਇੱਕ ਇੱਥੇ ਇਹ ਜਗ੍ਹਾ 'ਤੇ, ਫਿਰ ਮੱਝਾਂ ਥੱਲੇ ਪਾ। ਦੋ ਟਰਾਲੇ ਉਹਨਾਂ ਨੇ 400 ਦਾ ਇੱਕ ਟਰਾਲਾ ਸਿੱਟਿਆ, 800 ਦੇ ਦੋ ਟਰਾਲੇ, ਮਿੱਟੀ ਵਿਕਣ ਲੱਗ ਪਈ। ਜਦੋਂ ਬੈਠਾ ਸੀ ਉਦੋਂ ਚੱਲ ਜਾਂਦੇ। ਉਦੋਂ ਹੀ ਗਿਆ ਤੂੰ ਜੀ। ਹੁਣ ਮਿੱਟੀ ਪੱਧਰੀ ਕਰਦੇ ਪਏ ਨੇ। ਸੁਬਾਹ ਦਾ ਇੱਥੇ ਫਿਰਦੇ ਤੁਸੀਂ ਹਨਾ? ਹਾਂਜੀ, ਸੁਬਾਹ ਮੈਨੂੰ ਲੱਗਦਾ ਘਰੇ ਨਹੀਂ ਗਿਆ ਕੱਚ ਪਾਟੀ ਭਾਈ। ਦੇਖੋ ਜਿਹੜੇ ਸੁਬਾਹ ਮਿੱਟੀ ਦਾ ਟਰਾਲਾ ਲੱਥਾ ਆਇਆ ਸੀ ਨਾ, ਆਹ ਵੇਖੋ ਖਿਲਾ ਛੱਡਿਆ। ਮੈਂ ਚਲ ਗਿਆ ਸੀ ਕਿਤੇ ਅਤੇ ਮੈਂ ਆਣ ਕੇ ਵੇਖਿਆ ਅਤੇ ਇੱਕ ਘੰਟਾ ਘੰਟੇ ਦੇ ਵਿੱਚ ਵਿੱਚ ਇਹਨਾਂ ਨੇ ਨਾ ਇੱਥੇ ਮਿੱਟੀ ਵੀ ਸਿੱਟਤੀ, ਅੰਦਰ ਵੀ ਸਿੱਟਤੀ ਜਿਹੜੇ ਕਮਰੇ 'ਚ ਸੀ। ਆਹ ਦੇਖੋ ਸਾਰਾ ਟਰਾਲਾ ਨੇ ਇੱਕ ਘੰਟੇ ਦੇ ਵਿੱਚ ਵਿੱਚ ਇਹਨਾਂ ਨੇ ਬੁਸਫਿਆਣਾ ਰਹਿਣਾ ਨਾ ਅੰਦਰ ਲਿਆਉਣ ਗਏ, ਸਾਰੀ ਮਿੱਟੀ ਪਾ ਦਿੱਤੀ ਘੰਟੇ 'ਚ ਇਹਨਾਂ ਨੇ ਨਾ ਮਿੱਟੀ ਪਾ ਦਿੱਤੀ। ਮੈਂ ਥੋੜ੍ਹਾ ਗਿਆ ਸੀ ਕੰਮ, ਚਲੋ ਜਾਣ ਦੀ ਛੁੱਟੀ ਮੈਂ ਇਕੱਲਾ ਨੇ ਮਿੱਟੀ ਪਾਈ ਕੋਈ ਹੈਂ। ਅੱਛਾ ਚਲੋ ਸ਼ਾਬਾਸ਼ ਫਿਰ, ਇੰਨਾ ਨਹੀਂ ਪਾਈ ਮਿੱਟੀ ਇੰਨੇ ਹੈਂ। ਤੂੰ ਵੀ ਮਿੱਟੀ ਪਵਾਈ, ਤੂੰ ਵੀ ਨਹੀਂ ਮਿੱਟੀ ਪਵਾਈ ਹੈਂ। ਜੇ ਮਿੱਟੀ ਕਿਉਂ ਨਹੀਂ ਪਵਾਈ? ਆ ਬੁਸਿਆਂ ਨੇ ਮਿੱਟੀ ਕਿਉਂ ਨਹੀਂ ਪਵਾਈ? ਮੈਂ ਕਿਤੇ ਗਿਆ ਹੈ ਤਾਂ ਤੂੰ ਮਿੱਟੀ ਕਿਉਂ ਨਹੀਂ ਪਵਾਈ? ਪੂਰਾ ਟਰਾਲਾ ਮਿੱਟੀ ਦਾ ਘਰੇ ਸਿੱਟਿਆ, ਤੁਸੀਂ ਹੱਥ ਨਹੀਂ ਲਵਾਇਆ? ਹੱਥ ਨਹੀਂ ਲਵਾਇਆ ਪਾਉਣ ਵਾਲੇ, ਥੋੜੇ ਵੇਖਣ ਵਾਲੀ ਬਹੁਤੇ ਆ। ਮਿੱਟੀ ਪਾਉਣ ਵਾਲੇ ਥੋੜੇ ਆ ਤੇ ਵੇਖਣ ਵਾਲੇ ਬਹੁਤੇ ਆ। ਮਿਹਨਤ ਦਾ ਪਤਾ ਲੱਗਿਆ ਕਿੰਨੇ ਕਿਹੜੀ ਪਸੀਨੇ ਨੱਪਣਾ ਤੇ ਪੂਰਾ ਨੱਪ, ਫਿਰ ਪਤਾ ਤੇ ਲੱਗੇ। ਮੂੰਹ ਬੜਾ ਲੁਕਾਉਂਦੇ ਆ ਤੁਸੀਂ, ਹੁਣ ਲੱਗਿਆ ਹਾਂ ਉੱਠਿਆ ਕਿ ਨਹੀਂ, ਗਿਆ ਕਿ ਨਹੀਂ ਲੈ ਮਾਰ ਹੁਣ ਮਰਨਾ ਹੀ ਓ। ਚੱਲ ਮਾਰ ਵੱਜੀ ਨੀ ਗੋ ਓ ਉੱਥੋਂ ਦੀ ਕਰ ਤੂੰ ਵਾਲੀ ਅੱਗੇ ਨੀ ਪਿੱਛ ਚੱਲ ਗੋ ਆ ਪੈਰ ਜੀ ਥੋੜਾ ਜਿਹਾ ਅੱਗੇ ਚੱਲ ਅਲੀ ਸਾਰਾ ਪਿੱਛੇ ਸਾਰਾ ਪਿੱਛੇ ਸਾਰਾ ਨਾ ਅੱਗੇ ਹੀ ਕੌਣ ਭਲਾ ਜਾਨੀ ਉਹ ਵਿਆਹ ਪੱਕਾ ਹੀ ਪੱਕਾ ਪੱਕਾ ਵੱਟਾ ਹੀ ਬਾਂਦਰਾ ਇਹ ਆ ਪਿੱਛੇ ਡੈ ਗਿਆ ਨਾ ਵੈਸੇ ਹੀ ਉਹਨੇ ਸੱਠਾ ਉੱਠਦਾ ਇਹ ਨਹੀਂ ਉੱਠਦਾ ਸੱਠਾ ਉੱਠਦਾ ਹੀ ਇਹ ਨਹੀਂ ਉੱਠਦਾ ਕਮ ਬੈਕ ਉਹ ਬਹਿ ਗਿਆ ਜੀ ਉਹ ਟਾਇਰ ਪੈਂਚਰ ਜੀ ਰਹਿਣ ਦੇ
ਵੈਸੇ ਕੰਬਣ ਦਿਆ ਵਾ। ਘੁੰਮਣ ਦਿਆ ਜੀ ਮਿਹਨਤੀ ਬੱਚੇ ਵੇਖਦੇ ਹੀ ਹੋ ਮਿਹਨਤੀ ਹੈ ਕੰਮ ਬੱਕਰੀਆਂ ਵਾਲਾ ਵੱਜਣ ਲੱਗ ਪਿਆ ਸੂਫੀ ਹੈਲੋ ਸੂਫੀ ਬੱਕਰੀਆਂ ਵਾਲੇ ਸੂਫੀ ਦੂਸਰਾ ਟਰਾਲਾ ਵੀ ਆ ਗਿਆ ਬੱਤੀ ਮਾਂ ਇਹਨੇ ਬਣਾ ਲਈ ਚਾਸ ਸੀ ਐਡਾ ਸੋਹਣਾ ਫਸਿਆ ਸੀ ਅੱਗੇ ਮੈਂ ਕੈਮ ਬਹਿਲੀ ਗਿਆ ਵਿੱਚ ਪਾਲਿਆ ਸੀ ਅੱਗੇ ਸਹੀ ਚਕੀਜਾ ਸੀ ਹਨਾ ਉਹ ਮੈਂ ਰੰਬੈਲ ਹੀ ਕੈਮਰਾ ਹੋ ਜਾ ਪਰੇ ਹੋ ਜਾ ਪਰੇ ਹੋ ਜਾ ਉੱਧਰ ਵੇਖ ਲੈ ਹੈ ਫਸ ਗਈ ਫਸ ਗਈ ਫਸ ਗਈ ਚੱਕ ਦੋ ਮੁੰਡਾ ਡਿੱਗਣ ਲੱਗਾ ਜੀ ਪਿੱਛੇ ਨੂੰ ਖਿੱਚਿਆ ਪਿੱਛੇ ਨੂੰ ਪਿੱਛੇ ਨੂੰ ਖਿੱਚਿਆ ਪਿੱਛੇ ਨੂੰ ਜਾਏ ਤੁਸੀਂ ਕੰਮ ਹੀ ਗੱਲ ਪਿੱਛੇ ਨੂੰ ਖਿੱਚਣਾ ਸੀ ਅੱਗੇ ਨੂੰ ਖਿੱਚੀ ਗਏ ਤੁਸੀਂ ਪਿੱਛੇ ਨੂੰ ਖਿੱਚਣਾ ਸੀ ਹਾਂ ਕੀ ਕੁਛ ਨਹੀਂ ਹੁੰਦਾ ਬਹਿ ਗਈ ਸੀ ਤੇ ਕੰਮ ਇਹਨਾਂ ਨੇ ਗਲਤ ਉਲਟ ਕਰਤਾ ਤੁਸੀਂ ਅੱਗੇ ਧੱਕਾ ਲਾਉਣ ਦੀ ਬਜਾਏ ਪਿੱਛੇ ਨੂੰ ਖਿੱਚਣਾ ਸੀ ਬਸ ਤੇ ਵੇਲੇ ਕਿੰਨੀ ਕਿੰਨੀ ਮੈਲ ਜੰਮੀ ਆਈ ਜਾ ਕੰਮ ਹੀ ਗਲਤ ਕੀਤਾ ਜੀ ਖਿੱਚ ਆਈ ਖੇਰਾ ਤੁਹਾਡੇ ਵਾਸਤੇ ਕੀ ਲੈ ਗਏ ਜੀ ਚੌਧਰੀ ਸਾਹਿਬ ਕੋਈ ਗੁਲਾਮ ਜਾਮਨ ਰਸਗੁੱਲਾ ਕਿੱਦਾਂ ਬੈਠੇ ਤੁਸੀਂ ਚੌੜੇ ਹੋ ਗਏ ਤੁਹਾਡੇ ਵਾਸਤੇ ਕੀ ਲੈ ਕੇ ਆਈਏ ਹਾਂਜੀ ਇੱਕ ਟਰਾਲੀ ਪਰਚੀਆਂ ਬਣਾਉਣ ਵਾਲਾ ਤਾਂ ਟਾਈਮ ਹੋ ਰਿਹਾ 5:40 ਦਾ ਜਾ ਕੇ ਕੰਮ ਕੁੰਮ ਕਰਦੇ ਪਾਣੀ ਪਿਆਉਣ ਵਾਲਾ ਡੰਗਰਾਂ ਨੂੰ ਜਾ ਕੇ ਪਾਣੀ ਪਿਆਉਂਦੇ ਘਰ ਹੀ ਆ ਗਿਆ ਚਲੋ ਮਸੀਤੇ ਮੈਂ ਉੱਥੇ ਵੇਖਿਆ ਤੁਹਾਨੂੰ ਘਰ ਹੀ ਨੂੰ ਅਤੇ ਤੁਸੀਂ ਮਸੀਤੇ ਚੱਲੋ ਲੋ ਜੀ ਪਾਣੀ ਨਹੀਂ ਪੀਂਦੀਆਂ ਪਈਆਂ ਮਿੱਟੀ ਵਾਲੀਆਂ ਇਹਨਾਂ ਨੇ ਖਿਲਾ ਛੱਡੀ ਸਾਰੀ ਹਾਂ ਵੇਖੋ ਦੋਸਤ ਪਾਣੀ ਪਿਆ ਕੇ ਪੱਠੇ ਪਾ ਲੈਣੇ ਟਾਈਮ ਹੋ ਰਿਹਾ 6:15 ਦਾ ਅੱਜ ਵੀਡੀਓ ਤਾਂ ਇੱਥੇ ਕਰਦੀ ਐਂਡ ਉਮੀਦ ਕਰਦਾ ਕਿ ਅੱਜ ਵੀਡੀਓ ਅੱਛੀ ਲੱਗੇਗੀ ਅੱਛੀ ਲੱਗੇ ਤਾਂ ਲਾਈਕ ਕਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਦੋਸਤਾਂ ਨਾਲ ਸ਼ੇਅਰ ਕਰ ਦੇਣਾ ਮਿਲਦਾ ਫਿਰ ਅਗਲੀ ਵੀਡੀਓ 'ਚ ਅੱਲਾ ਹਾਫਿਜ਼।